ਪੂਰੇ ਪਾਣੀ ਪਾਣੀ ਹੋ ਗਿਆ ਸਾਰਾ ਕਮਰੇ 'ਚ। ਉਹ ਭਾਈ, ਇੱਥੇ ਤਾਂ ਸਵਿਮਿੰਗ ਪੂਲ ਬਣ ਗਿਆ, ਸਵਿਮਿੰਗ ਪੂਲ। ਸਾਡਾ ਪਰਨਾਲਾ ਜਿਹੜਾ ਨਾ, ਉਹ ਇੱਕ ਹੋ ਗਿਆ ਜੀ। ਭਾਈ ਇੰਨਾ ਮੀਂਹ ਆ ਰਿਹਾ ਅੱਜ, ਉਹ ਤੇਰੀ ਪਾਣੀ ਪਾਣੀ ਹੋ ਗਈ ਮਿੱਤਰਾ, ਦਿੱਲੀ ਵਿੱਚ ਪਾਣੀ ਪਾਣੀ ਹੋ ਗਈ ਮਿੱਤਰਾ। ਉਹ ਭਾਈ ਇੰਨਾ ਮੀਂਹ ਪੈ ਰਿਹਾ, ਸਾਡੇ ਘਰ 'ਚ ਪਾਣੀ ਪਾਣੀ ਹੋ ਗਈ ਓਏ, ਕਿੱਥੇ ਕਿੱਥੇ ਪਾਣੀ ਭਰ ਗਈ ਓਏ, ਕੀ ਚੱਕਰ ਪੈ ਗਿਆ। ਹੋਏ ਹੋਏ ਹੋਏ, ਆਹ ਵੀ ਬੰਦ ਪਿਆ, ਇਹਨੂੰ ਕੀ ਹੋ ਗਿਆ। ਆਹ ਵੀ ਚੱਕਰ ਪੈ ਗਿਆ ਓਏ, ਅਰੇ ਪਾਣੀ ਪਾਣੀ ਹੋ ਗਿਆ ਮਾਮਲਾ ਜਿਹਾ। ਹੈਲੋ ਗਾਈਸ, ਅਤੇ ਅੱਜ ਬਰਸਾਤ ਪੈ ਰਹੀ ਹੈ ਬਹੁਤ ਜ਼ਿਆਦਾ ਦਿੱਲੀ ਦੇ ਅੰਦਰ, ਔਰ ਮੈਂ ਛੱਤ 'ਤੇ ਆਇਆ ਸੀ ਮਾਹੌਲ ਦੇਖਣ ਲਈ। ਮੇਰੇ ਥੱਲੇ ਸਾਰਾ ਪਾਣੀ ਪਾਣੀ ਹੋ ਗਿਆ, ਅੱਜ ਇੱਕ ਪਰਨਾਲਾ ਜਿਹੜਾ ਉਹ ਬੰਦ ਹੋ ਗਿਆ, ਅਤੇ ਮੈਂ ਕਿਹਾ ਚੱਲ ਉੱਪਰ ਵੀ ਨਿਗਾਹ ਮਾਰ ਕੇ ਆਵਾਂ। ਓਹੋ, ਸਵੇਰ ਦੇ 6 ਵੱਜ ਰਹੇ ਔਰ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ, ਔਰ ਮੈਂ ਪੂਰਾ ਗਿੱਲਾ ਹੋ ਚੁੱਕਿਆ ਵਾਂ। ਓਹੋ, ਠੰਡ ਵੀ ਬੜੀ ਲੱਗ ਰਹੀ ਆ ਦਿੱਲੀ ਵਾਲੇ, ਉਹ ਗਰਮੀ ਖਤਮ ਹੋ ਗਈ ਹੁਣ ਸਮਝ ਲਓ। ਆ ਜਾਓ ਥੱਲੇ ਚੱਲੀਏ। ਕਾਲੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਦਾਂ ਜੀ ਸਾਰੇ, ਚੜ੍ਹਦੀ ਕਲਾ ਜੋ ਮਹਾਰਾਜ ਗੁਰਜੀਆਂ ਗੇੜੇ ਬਖਸ਼ਣ ਜੀ ਸਾਰਿਆਂ ਨੂੰ। ਬਾਕੀ ਦਿੱਲੀ ਵਾਲਿਆਂ ਲਈ ਇੱਕ ਨਵਾਂ ਤੋਹਫਾ, ਤੋਹਫਾ ਕੀ ਹੈ ਤੁਹਾਨੂੰ ਪਤਾ, ਬਰਸਾਤ ਪੈ ਰਹੀ ਹੈ ਰੱਜੋ ਰਾਤ ਦਿੱਲੀ ਦੇ ਅੰਦਰ, 3-4 ਦਿਨ ਹੋ ਗਏ ਆ। ਪਹਿਲੇ ਤਾਂ ਘੱਟ ਪੈ ਰਹੀ ਸੀ, ਪਰ ਅੱਜ ਜਿਹੜੀ ਬਰਸਾਤ ਪਈ ਹੈ ਨਾ, ਸਵੇਰੇ ਮੇਰੇ ਕਹਿੰਦਾ 3-4 ਵਜੇ ਤੋਂ ਜਿਹੜੀ ਬਰਸਾਤ ਸ਼ੁਰੂ ਹੋਈ ਹੋਈ ਸੀਗੀ, ਔਰ ਮੈਨੂੰ 6 ਵਜੇ ਪਤਾ ਲੱਗਿਆ, 6:15। ਓਏ ਹੋਏ ਹੋਏ ਹੋਏ, ਮੇਰੇ ਘਰ ਦੇ ਅੰਦਰ ਤਾਂ ਪਾਣੀ ਪਾਣੀ ਹੋ ਗਿਆ ਪੂਰਾ, ਹੈ ਨਾ। ਤੁਸੀਂ ਦੇਖਿਆ ਹੋਏਗਾ ਐਕਚੁਅਲੀ ਉਹ ਪਾਣੀ ਭਰਿਆ ਕਿਉਂ, ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਸ਼ੋਰਟ ਵੀਡੀਓ ਤਾਂ ਸਾਰਿਆਂ ਨੇ ਦੇਖ ਲਈ, ਪਰ ਉਹ 'ਚ ਮੈਂ ਦੱਸਿਆ ਨਹੀਂ ਕਿ ਪਾਣੀ ਭਰਿਆ ਕਿਉਂ। ਪ੍ਰਤਾਪ ਨੇ ਉਹ ਸਾਡੇ ਪ੍ਰਣਾਲੇ ਦੇ ਅੰਦਰ ਨਾ, ਉਹ ਦੀਏ ਹੁੰਦੇ ਆ, ਦੀਏ ਜਿਹੜੇ ਆਪਾਂ ਕਲਰ ਕੁਲਰ ਕਰਦੇ ਰਹਿੰਦੇ ਨਾ, ਦੋਨੋਂ ਮਾਵਾਂ ਧੀਆਂ, ਅਤੇ ਉਹ ਦੀਏ ਜਿਹੜੇ ਸੀਗੇ ਪ੍ਰਤਾਪ ਨੇ ਉਹਦੇ ਅੰਦਰ ਪਾਏ ਹੋਏ ਸੀਗੇ। ਹੁਣ ਮੈਂ ਤਾਂ ਆਰਾਮ ਨਾਲ ਚੰਗਾ ਭਲਾ ਵਾਸ਼ਰੂਮ ਵਾਸਤੇ ਉੱਤੇ ਆ, ਮੈਂ ਕਿਹਾ ਚਲੀਏ ਤਿਆਰ ਬਰ ਤਿਆਰ ਹੋ ਗਈ, ਆਪਣਾ ਇਸ਼ਨਾਨ ਪਾਨ ਕਰਾਂਗੇ, ਹੈ ਨਾ, ਅਤੇ ਦਿਨ ਦੀ ਸ਼ੁਰੂਆਤ ਕਰੀਏ। ਅਤੇ ਮੈਂ ਦੇਖਿਆ ਬਾਹਰ ਆਇਆ ਮੀਂਹ ਪੈ ਰਿਹਾ, ਮੈਂ ਕਿਹਾ ਚਲੋ ਅੱਛੀ ਗੱਲ ਹੈ, ਮੌਸਮ ਠੰਡਾ ਹੋ ਜਾਏਗਾ। ਜਦ ਮੈਂ ਵਾਸ਼ਰੂਮ ਦੇ ਬਾਹਰ ਨੂੰ ਗਿਆ, ਉੱਥੇ ਪਾਣੀ ਪਾਣੀ ਹੋਇਆ ਪਿਆ, ਅੱਡੀ ਅੱਡੀ ਤੱਕ ਮੇਰੇ। ਮੈਂ ਕਿਹਾ ਵੇ ਯਾਰ, ਇਹ ਕੀ ਕਰਤਾ। ਦੇਖਿਆ ਫਿਰ ਛਾਣਬੀਨ ਕੀਤੀ ਸਾਰੀ, ਹੈ ਨਾ, ਉਹ ਜਿਹੜਾ ਮੈਟ ਵਿਛਾਇਆ ਹੋਇਆ ਸੀ ਉਹ ਗਿੱਲਾ ਹੋ ਗਿਆ, ਅਤੇ ਪਾਈਪਲਾਈਨ ਗਿੱਲਾ ਹੋ ਗਿਆ, ਸਾਰਾ ਪਾਣੀ ਪਾਣੀ ਕਮਰਿਆਂ 'ਚ ਹੋ ਗਿਆ ਸੀਗਾ। ਅਤੇ ਫਿਰ ਮੈਂ ਦੇਖਿਆ, ਮੈਂ ਡੰਡੀ ਉਂਡੀ ਮਾਰੀ, ਨਹੀਂ ਸਮਝ ਆਇਆ, ਮੈਂ ਹੱਥ ਪਾਇਆ ਉਹਦੇ ਅੰਦਰ, ਬੜੀ ਔਖੀ ਕਰਕੇ ਨਾ ਹੱਥ ਪਾਇਆ ਉਹਦੇ ਅੰਦਰ, ਹੱਥ ਪਾ ਕੇ ਦੇਖਿਆ ਉਹਦੇ ਅੰਦਰ ਤਾਂ 2 ਦੀਏ ਨਿਕਲੇ, 2 ਮਿੱਟੀ ਦੇ ਡਲੇ ਨਿਕਲੇ। ਮੈਂ ਕਿਹਾ ਸ਼ਾਬਾਸ਼ ਹੈ ਪ੍ਰਤਾਪ ਕੌਰ ਤੇਰੇ, ਤੂੰ ਤਾਂ ਅੱਜ ਪੂਰਾ ਪਾਣੀ ਗਿੱਲਾ ਗਿੱਲਾ ਹੋ ਗਿਆ ਸਾਰਾ, ਹੈ ਨਾ ਘਰ। ਅਤੇ ਹੁਣ ਮੈਂ ਸਫਾਈ ਵੂਈ ਕਰਕੇ ਹਟਿਆ, ਸਾਰਾ ਇਸ਼ਨਾਨ ਪਾਨ ਕੀਤਾ। ਮੈਂ ਕਿਹਾ ਚਲੋ ਹੁਣ ਆਪ ਜੀ ਨਾਲ ਦਿਨ ਦੀ ਸ਼ੁਰੂਆਤ ਕਰੀਏ। ਦਿਨ ਦੀ ਸ਼ਾਦੀ ਸ਼ੁਰੂਆਤ ਇਹੀ ਹੋਈ, ਅੱਜ ਮੌਸਮ ਬਹੁਤ ਵਧੀਆ, ਬਹੁਤ ਠੰਡਾ, ਬਾਕੀ ਹਾਲੇ ਪਤਾ ਨਹੀਂ ਕੀ ਹੋਏਗਾ, ਪਰ ਹਾਲੇ ਤੱਕ ਠੀਕ ਹੈ, ਹੈ ਨਾ। ਚੱਲਦੇ ਹਾਂ ਦੁਕਾਨ 'ਤੇ, ਦੁਕਾਨ ਓਪਨ ਕਰਦੇ ਹਾਂ। ਮੁੰਡੇ ਦਾ ਮੈਨੂੰ ਫੋਨ ਆ ਗਿਆ, ਕਹਿ ਰਿਹਾ ਭਾਅ ਜੀ ਮੈਂ ਥੋੜ੍ਹਾ ਲੇਟ ਆਊਂਗਾ, ਤਾਂ ਮੇਰੀ ਯਾਰ ਤਬੀਅਤ ਢਿੱਲੀ ਨਹੀਂ ਹੈ। ਮੈਂ ਕਿਹਾ ਚੱਲ ਤੂੰ ਥੋੜ੍ਹਾ ਲੇਟ ਆ ਜਾਈ, ਹੈ ਨਾ। ਬਾਕੀ ਰਾਜੇ ਭਾਈ ਦਾ ਵੀ ਹਾਲੇ ਕੁਛ ਨਹੀਂ ਪਤਾ, ਔਰ ਹਾਲੇ ਫੋਨ ਜਿਹੜੇ ਕੰਮ ਦੇ ਹੋ ਜੇ ਵੀ ਨਹੀਂ। ਅਤੇ ਅੱਜ ਮੈਂ ਨਾ ਤਰਨਵੀਰ ਜੀ ਦੇ ਨਾਲ ਜਾਣਾ ਰਕਾਬਗੰਜ ਗੁਰਦੁਆਰਾ ਸਾਹਿਬ, ਉੱਥੇ ਸਾਨੂੰ ਅੱਜ ਕੰਮ ਹੈ ਦੋਨਾਂ ਨੂੰ, ਅਤੇ ਕੀ ਕੰਮ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਬਾਅਦ 'ਚੋਂ, ਹਾਲੇ ਨਹੀਂ ਦੱਸਾਂਗਾ। ਹਾਲੇ ਚੱਲਦੇ ਹਾਂ ਥੱਲੇ, ਦੁਕਾਨ ਓਪਨ ਕਰਦੇ ਹਾਂ, ਨਾਸ਼ਤਾ ਪਾਣੀ ਦੇਖਦੇ ਹਾਂ, ਅਗਰ ਮੰਮਾ ਨੇ ਕੁਝ ਬਣਾਇਆ ਹੋਇਆ ਤਾਂ ਮੰਮਾ ਦੇ ਥਰੂ ਖਾ ਲਾਂਗੇ, ਥੱਲੇ ਹੀ ਖਾ ਲਾਂਗੇ, ਨਹੀਂ ਤਾਂ ਬਾਹਰੋਂ ਕੁਛ ਲਿਆ ਕੇ ਖਾਂਦੇ ਹਾਂ, ਕਿਉਂਕਿ ਮੈਨੂੰ ਲੱਗ ਰਹੀ ਹੈ ਭੁੱਖ। ਅਤੇ ਚੱਲਦੇ ਹਾਂ ਫਿਰ ਥੱਲੇ, ਆ ਜਾਓ ਫਿਰ ਹੱਲੇ ਨਾਲ ਹੀ ਆ ਜਾਓ। ਬਾਕੀ ਪ੍ਰਤਾਪ ਹੋਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮੰਮੀ ਅਤੇ ਪ੍ਰਤਾਪ ਦੋਨੋਂ ਗਏ ਹੋਏ ਆ, ਅਤੇ
ਉਹ ਹਲੇ ਪਤਾ ਨਹੀਂ ਕਦੋਂ ਆਣਗੇ ਹੈ ਨਾ। ਚਲੀਏ ਚਲੀਏ ਚਲੀਏ, ਰਹਿ ਤਾਂ ਨਹੀਂ ਗਿਆ, ਲਾਈਟ ਵੀਟ ਬੰਦ ਕਰਨੀ ਆ ਆਪਾਂ, ਕਮਰੇ ਦੀ ਲਾਈਟ ਜਲੀ ਹੋਈ ਆ, ਇੱਕ ਮਿੰਟ ਨਾ ਲਾਈਟ ਬੰਦ ਕਰ ਦਈਏ ਆਪਾਂ। ਚਲੋ ਜੀ ਗੁੱਡ ਨਾਈਟ, ਮਿਲਦੇ ਹਾਂ ਆਪਾਂ। ਮੇਰੇ ਬੂਟ ਜਿਹੜੇ ਆ ਬਾਹਰ ਹੀ ਪਏ ਹੋਏ ਆ, ਅੱਜ ਨਾ ਦੋ ਤਿੰਨ ਕੰਮ ਕਰਨੇ ਆ। ਮੈਂ ਛੱਤ 'ਤੇ ਵੀ ਗਿਆ ਸੀਗਾ, ਛੱਤ 'ਤੇ ਜਿਹੜੀ ਅਸੀਂ ਜਾਲ ਦੇ ਉੱਪਰ ਟੀਨ ਪਾਈ ਹੋਈ ਹੈ ਨਾ, ਉਹ ਟੀਨ ਵੀ ਚੋਰੀ ਆ, ਉਹਦੇ ਕਰਕੇ ਜਿਹੜਾ ਪਾਣੀ ਆ ਉਹ ਥੱਲੇ ਤੱਕ ਆ ਰਿਹਾ। ਮੈਂ ਤਾਂ ਹੀ ਕਰਕੇ ਉੱਪਰ ਵੀ ਗਿਆ ਸੀ, ਤੁਸੀਂ ਮੈਨੂੰ ਦੇਖਿਆ ਹੋਏਗਾ ਮੀਂਹ ਦੇ ਅੰਦਰ ਮੈਂ ਉੱਪਰ ਗਿਆ, ਅਤੇ ਉੱਪਰ ਜਾ ਕੇ ਸਾਰਾ ਗਿੱਲਾ ਹੋ ਗਿਆ, ਪਰ ਮਜ਼ਾ ਬੜਾ ਆਇਆ। ਇੰਨਾ ਠੰਡੀ ਹਵਾ ਚੱਲ ਰਹੀ ਸੀਗੀ, ਬਹੁਤ ਨਜ਼ਾਰੇ ਸੀਗੇ ਅੱਜ ਤਾਂ ਹੈ ਨਾ, ਬਰਸਾਤ ਦੇ ਸਵੇਰੇ ਸਵੇਰੇ। ਉਹ ਚਲੀਏ ਆਪਾਂ ਬੂਟ ਪਾ ਲਈਏ, ਇੱਕ ਮਿੰਟ ਫਿਰ ਤੁਹਾਨੂੰ ਥੱਲੇ ਮਿਲਦਾ, ਠੀਕ ਹੈ। ਬੂਟ ਬੂਟ ਪਾ, ਸ਼ੂਜ਼ ਪਾ ਲਏ ਆਪਾਂ, ਚਲੀਏ ਥੱਲੇ। ਥੱਲੇ ਵੀ ਗੱਲਾਂ ਬਾਤਾਂ ਦੇਖੀਏ ਕੀ ਚੱਲ ਰਹੀਆਂ ਨੇ ਅੱਜ। ਉਹ ਰਿਕਸ਼ੇ ਵਾਲਾ ਦੇਖੋ ਕਿੱਦਾਂ ਸੁੱਤਾ ਪਿਆ ਜੀ, ਲੱਗਦਾ ਸਵੇਰੇ ਸਵੇਰੇ ਪੈਗ ਪੂਗ ਲਾ ਲਿਆ ਇਹਨੇ। ਹੋਰ ਬਾਡੀ ਜੀ ਕੀ ਹਾਲ ਹੈ, ਆਂਟੀ ਠੀਕ ਹੈ? ਚਲੋ ਬੜੀਆ। ਹਾਂਜੀ ਆ ਜਾਓ ਜੀ, ਦੁਕਾਨ ਹੋ ਗਈ ਹੈ ਓਪਨ, ਕਰੋ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਆਪਣੇ ਕੋਲ ਨਾ ਇੱਕ ਏ ਸੀ ਆਇਆ ਇੱਕ ਟਨ ਦਾ ਕੱਲ੍ਹ, ਬਸ ਇਹਨੂੰ ਆਪਾਂ ਕੱਲ੍ਹ ਰਿਪੇਅਰਿੰਗ ਕਰ ਲਿਆ ਸੀਗਾ, ਪੇਂਟ ਪੂੰਟ ਮਾਰ ਲਿਆ, ਬਸ ਇਹਨੂੰ ਫਿੱਟ ਕਰਨਾ, ਗੈਸ ਪਾਉਣੀ ਹੈ, ਉਹ ਛੱਡ ਕੇ ਆਉਣਾ। ਜੀ ਸ਼ਿਵਮ ਜੀ ਆ ਗਏ ਹੈ ਜੀ, ਘਰ ਮੈਂ ਸੇ ਪਾਣੀ ਨਿਕਾਲ ਕੇ। ਕਹਾਂ ਸੇ ਆ ਰਹਾ ਥਾ ਪਾਣੀ, ਕਹਾਂ ਸੇ ਆ ਰਹਾ ਥਾ ਤੇਰੇ ਘਰ ਪੇ? ਛੱਤ ਪੇ ਪੰਖੇ ਮੈਂ ਸੇ, ਸ਼ਿਵਮ ਕਹਿੰਦਾ ਪੱਖੇ ਵਿੱਚੋਂ ਪਾਣੀ ਆ ਰਿਹਾ ਸੀ ਸਾਡੇ, ਇਹਦੇ ਘਰ ਵੀ ਪਾਣੀ ਵੜ ਗਿਆ, ਸਾਰਿਆਂ ਦੇ ਘਰ ਪਾਣੀ ਵੜ ਗਿਆ ਜੀ। ਅੱਜ ਪਾਣੀ ਪਾਣੀ ਹੋ ਗਈ ਦਿੱਲੀ ਸਾਰੀ। ਮੈਨੂੰ ਨਾ ਹੁਣੀ ਹੁਣੀ ਪਤਾ ਲੱਗਿਆ ਸਾਡੇ ਗੁਰਦੁਆਰੇ ਦੇ ਬੇਸਮੈਂਟ 'ਚ ਪਾਣੀ ਵੜ ਗਿਆ, ਉਹ ਪਾਣੀ ਬਹੁਤ ਜ਼ਿਆਦਾ, ਦਿਖਾਵਾਂ ਤੁਹਾਨੂੰ। ਆਹ ਦੇਖੋ ਸਿਮਿੰਗ ਪੂਲ ਬਣ ਗਿਆ, ਸਿਮਿੰਗ ਆਹ ਦੇਖੋ ਜੀ, ਇਹ ਪਾਣੀ ਭਰ ਗਿਆ ਸਾਰਾ ਸਾਡੀ ਬੇਸਮੈਂਟ ਦੇ ਅੰਦਰ। ਆਤੀ ਮਚਾਤੀ ਹੈ ਸਵਰ ਦੇ ਇੰਦਰ ਜੀ ਨੇ, ਸਾਰੇ ਕਹਿੰਦੇ ਸੀਗੇ ਮੀਂਹ ਨਹੀਂ ਆਉਂਦਾ ਮੀਂਹ ਨਹੀਂ ਆਉਂਦਾ ਮੀਂਹ ਨਹੀਂ ਆਉਂਦਾ, ਔਰ ਮੀਂਹ ਇੱਦਾਂ ਦਾ ਆਇਆ ਨਾ ਅੱਜ, ਮੈਂ ਕਹਿੰਦਾ ਐਂਡ ਮਚਾਈ ਪਈ ਹੈ ਇੰਦਰ ਜੀ ਨੇ, ਸਾਰੀ ਜਗ੍ਹਾ ਪਾਣੀ ਪਾਣੀ ਕੀਤਾ ਹੋਇਆ। ਬਾਈ ਜਾਮ ਮਿਲ ਗਿਆ ਸਾਨੂੰ ਹੁਣ ਜਾਂਦੇ ਹੋਏ, ਬਹੁਤ ਜਾਮ ਹੈ, ਬਹੁਤ ਜਾਮ ਹੈ, ਬਹੁਤ ਜਾਮ ਹੈ। ਫਲਾਈਓਵਰ ਬੰਨ ਕੀਤਾ ਹੋਇਆ ਉਹ ਵਾਲਾ, ਬਾਈ ਕਿਸ ਦਾ ਬੈਸਟ ਹੈ ਨਾ, ਉਹ ਦੇਖੋ ਕਿੰਨਾ ਜਾਮ ਹੈ, ਔਰ ਸਾਡਾ ਝੋਟਾ ਨਿਕਲੀ ਜਾਂਦਾ ਇੱਥੋਂ, ਸ਼ੁਕਰ ਹੈ ਮਹਾਰਾਜ ਦਾ। ਆਪਾਂ ਖੱਬੇ ਹੀ ਲੈ ਲਾਂਗੇ ਹੁਣ, ITO ਅੱਜ ਦਿੱਲੀ 'ਚ ਨਿਕਲਣਾ, ਮੈਂ ਕਹਿੰਦਾ ਗੈਰ ਕਾਨੂੰਨੀ ਕੰਮ ਹੋ ਗਿਆ, ਉਹ ਇਹ ਮਾਰਨਾ ਦੇ ਹੀ ਭਰਾਵਾ ਦਿੱਲੀ ਦਾ। ਦਿੱਲੀ 'ਚ ਤਿੰਨ ਕੁਤਬ ਮੀਨਾਰ ਹੈ, ਇੱਕ ਮੈਰੋਲੀ ਵਿੱਚ ਹੈ, ਇੱਕ ਉੱਥੇ ਆ ਕੀ ਕਹਿੰਦੇ ਆ ਉੱਤਮ ਨਗਰ ਸਾਈਡ, ਅਤੇ ਇੱਕ ਹੈ ITO ਦੇ ਕੋਲ ਹੈ। ਅੱਜ ਹੋ ਗਿਆ ਪੂਰਾ ਖਿਲਾਰਾ ਪੈ ਚੁੱਕਿਆ ਦਿੱਲੀ ਦੇ ਅੰਦਰ, ਉਹ ਭਾਈ ਬਹੁਤ ਜਾਮ ਹੈ, ਮੋੜੋ ਮੋੜੋ ਮੋੜੋ, ਇੱਥੇ ਕੀ ਚੱਲ ਰਿਹਾ
ਟੀ ਟਾਈਮ ਚੱਲ ਰਿਹਾ ਜੀ ਇੱਥੇ ਰਜ ਕੇ ਕਰ ਕੇ ਜਾਵੇ ਨਿਆਲੋ ਜਾਵੇ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਭਾਵੇ ਸੋਹਣਿਆ ਲੋ ਜਾਵੇ ਸਤਿ ਸ਼੍ਰੀ ਅਕਾਲ 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 ਕੰਮ ਤਾਂ ਵਾਹਿਗੁਰੂ ਬਣਿਆ ਨੀ ਆ ਗਏ ਹਾਂ ਜੀ ਆਪਾਂ ਆਫਿਸ 'ਤੇ ਚੱਲਦੇ ਅੰਦਰ ਜੋ ਗੱਲਬਾਤ ਕਰਨੀ ਹੈ ਕਰਕੇ ਆਉਂਦੇ ਹਾਂ ਚਲੋ ਜੀ ਪਹੁੰਚ ਗਏ ਹਾਂ ਭਾਈ ਰਕਾਬਗੰਜ ਸਾਹਿਬ ਗੁਰਦੁਆਰਾ ਅੱਜ ਸਾਨੂੰ ਸਵਾ ਘੰਟਾ ਲੱਗਿਆ ਗੁਰਦੁਆਰਾ ਸਾਹਿਬ ਆਉਣ ਨੂੰ 15 ਮਿੰਟ ਦਾ ਰਾਹ ਸਾਡੇ ਘਰੋਂ ਅਤੇ ਅੱਜ ਸਵਾ ਘੰਟਾ ਪੂਰੀ ਦਿੱਲੀ ਵਿੱਚ ਇੰਨਾ ਜਾਮ ਹੋਇਆ ਪਿਆ ਬਹੁਤ ਜ਼ਿਆਦਾ ਪਤਾ ਨਹੀਂ ਮੀਂਹ ਜ਼ਿਆਦਾ ਪੈ ਗਿਆ ਰਾਤੀ ਉਹਦੇ ਕਰਕੇ ਹੋ ਗਿਆ ਜਾਂ ਕਿੱਦਾਂ ਹੈ ਨਾ ਪਰ ਮਾਮਲਾ ਬੜਾ ਖਰਾਬ ਹੈ ਜਾਮ ਦਾ ITO ਸਾਰਾ ਬੰਦ ਰਾਜਘਾਟ ਦਿੱਲੀ ਇਹ ਦਿੱਲੀ ਗੇਟ ਵਗੈਰਾ ਸਾਰਾ ਬੰਦ ਸੀਗਾ ਬੜੀ ਮੁਸ਼ਕਿਲ ਨਾਲ ਇੱਥੇ ਆਏ ਹਾਂ ਅਤੇ ਜਿਹੜੇ ਕੰਮ ਲਈ ਅਸੀਂ ਆਏ ਸੀਗੇ ਉਹ ਸਾਡਾ ਹੋ ਗਿਆ ਅਤੇ ਹੁਣ ਦਰਸ਼ਨ ਵੇਲੇ ਵੀ ਕਰ ਲਏ ਆ ਅਤੇ ਹੁਣ ਚੱਲਾਂਗੇ ਘਰ ਹੀ ਹਾਂ ਕੁਛ ਖਾਂਦੇ ਪੀਂਦੇ ਹਾਂ ਭੁੱਖ ਲੱਗ ਰਹੀ ਆ ਅੱਜ ਸਵੇਰ ਤੋਂ ਨਾਸ਼ਤਾ ਨਹੀਂ ਕੀਤਾ ਔਰ ਟਾਈਮ ਹੋ ਗਿਆ 2:30 ਜਲ ਛਕਣਾ ਠੰਡਾ ਲਿਆਵਾਂ ਇੱਕ ਮਿੰਟ ਰੁਕੋ ਬਾਬਾ ਜੀ ਜਲ ਛਕਾ ਦਈਏ ਜਰਾ ਠੰਡਾ ਜਲ ਚਲੋ ਜੀ ਖਾਲਸਾ ਜੀ ਤੁਰੀਏ ਫਿਰ ਆਪਾਂ ਕੰਮ ਤਾਂ ਨਾ ਮਿਲਿਆ ਭਾਈ ਘਰ ਜਾਂਦੇ ਜਾਮ ਯਾਰ ਹੈ ਅੱਜ ਕੰਮ ਤਾਂ ਹੋ ਰਿਹਾ ਓ ਚਲੋ ਜੀ ਨਿਕਲ ਚੁੱਕੇ ਹਾਂ ਆਪਾਂ ਹੁਣ ਜਾਮ ਨਾ ਮਿਲੇ ਬਸ ਹੁਣ ਸਾਨੂੰ ਜਾਮ ਮੂਮ ਨਾ ਮਿਲੇ ਅਤੇ ਦੇਖਦੇ ਹਾਂ ਹੈ ਪੈਟਰੋਲ ਪਵਾਈਏ ਪਹਿਲੇ ਪੈਟਰੋਲ ਵੀ ਪਵਾ ਲਈਏ ਚਲੋ ਜੀ ਪੈਟਰੋਲ ਪੰਪ ਵੀ ਆ ਗਏ ਅਸੀਂ ਹੁਣ ਪੈ ਰਿਹਾ ਪੈਟਰੋਲ ਜਾਮ ਮਿਲ ਗਿਆ ਨਾ ਫਿਰ ਹੋ ਜਾਏਗੀ ਦਿੱਕਤ ਬੜੀ ਖਾਣਾ ਪੜ ਗਿਆ ਬੜੀ ਮੁਸ਼ਕਿਲ ਨਾਲ ਜਮਣਾ ਟੱਪੀ ਸੀ ਭਰਾਵਾ ਆਪਾਂ ਤਰਨਜੀਤ ਸਿੰਘ ਜੀ ਹੋ ਗਈ ਪੇਟ ਪੂਜਾ ਚੱਲਦੇ ਹਾਂ ਆਪਾਂ ਹੁਣ ਪੇਟ ਪੂਰਾ ਡਨ ਇੱਕਦਮ ਟਾਈਟ ਹੋ ਗਿਆ ਢਿੱਡ ਆਪਣਾ ਮੈਪਸੀ ਉੱਚੀ ਪੀ ਲਈ ਬਰਗਰ ਬੁਰਗਰ ਖਾ ਲਿਆ ਮੈਂ ਕਟਾਉਣ ਹੈਲੋ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਸ਼ਨ ਕਰੋ ਬੁੱਤ ਦੇ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਬਰਸੀ ਹੈ ਜੀ ਦੇਖੋ ਕਿੰਨਾ ਖੂਬਸੂਰਤ ਸਜਾਇਆ ਹੋਇਆ ਜੀ ਵਾਹ ਜੀ ਵਾਹ ਹਾਂਜੀ ਪਹੁੰਚ ਗਏ ਜੀ ਵਾਪਸੀ ਆਪਣੀ ਦੁਕਾਨ 'ਤੇ ਅਤੇ ਅੱਜ ਆਪਣਾ ਜਿਹੜਾ ਕੰਮ ਸੀਗਾ ਗੁਰਦੁਆਰਾ ਨਾਨਕ ਪਿਓ ਸਾਹਿਬ ਵਾਲਾ ਉਹ ਕਰਕੇ ਆਏ ਹਾਂ ਆਪਾਂ ਉਹ ਰਕਾਬਗੰਜ ਸਾਹਿਬ ਵਾਲਾ ਅਤੇ ਰਕਾਬਗੰਜ ਸਾਹਿਬ ਅਸੀਂ ਕਿਉਂ ਗਏ ਸੀ ਮੈਂ ਤੁਹਾਨੂੰ ਦੱਸਦਾ ਵਾਂ ਅਸੀਂ ਗਏ ਸੀਗੇ ਕਮੇਟੀ ਵਿੱਚ ਲੈਟਰ ਦੇਣ ਲਈ ਗੁਰਦੁਆਰਾ ਨਾਨਕ ਪਿਓ ਸਾਹਿਬ 7 ਤਰੀਕ ਨੂੰ ਫੌਜ ਅਕਾਲੀ ਜੱਥਾ ਦਿੱਲੀ ਸ਼ਰਦਾਈਆਂ ਅਤੇ ਛਬੀਲ ਦੇ ਲੰਗਰ ਲਾਉਣ ਲੱਗੇ ਆ ਅਤੇ ਉਹਦਾ ਆਪਾਂ ਥੋੜ੍ਹਾ ਜਿਹਾ ਉਹ ਦੇਣਾ ਸੀਗਾ ਲੈਟਰ ਵਗੈਰਾ ਕਮੇਟੀ 'ਚ ਉਹ ਲੈਟਰ ਦੇ ਕੇ ਆਏ ਹਾਂ
ਤੇ ਹੁਣੀ ਜਿਹੜਾ ਪੋਸਟਰ ਵੀ ਆ ਇਹ ਅੱਜ ਕੱਲ੍ਹ ਦੇ ਅੰਦਰ ਜਿਹੜਾ ਆਪਾਂ ਵਾਇਰਲ ਕਰ ਦਾਂਗੇ, ਪੋਸਟ ਵਗੈਰਾ ਪਾ ਦਾਂਗੇ, ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਤੁਸੀਂ ਉਹ 'ਚ ਪੜ੍ਹ ਸਕਦੇ ਹੋ। ਅਤੇ 7 ਤਰੀਕ ਨੂੰ ਜਿਹੜੀ ਸ਼ਰਦਾਈਆਂ ਠੰਡੀਆਂ ਸ਼ਰਦਾਈਆਂ ਅਤੇ ਛਬੀਲ ਦੇ ਲੰਗਰ ਬਾਬੇ ਸੁਰਜੀਤ ਸਿੰਘ ਦੀ ਯਾਦ ਵਿੱਚ ਅਤੇ ਲਗਾਈ ਜਾਣਗੇ, ਹੈ ਨਾ। ਤੁਸੀਂ ਦਰਸ਼ਨ ਦੇਣੇ ਸਾਰਿਆਂ ਨੇ। ਬਾਕੀ ਮੇਰਾ ਭਰਾ ਲੱਗਿਆ ਹੋਇਆ ਬਾਈਕ ਤਿਆਰ ਕਰਨ ਲਈ, ਆਓ ਦਿਖਾਵਾਂ ਕੀ ਕਰ ਰਿਹਾ। ਆਹ ਆਪਣੇ ਭਾਈ ਦੀ ਬੁਲੇਟ ਹੈ ਜੀ, ਅਤੇ ਆਹ ਜਾ ਰਿਹਾ ਜੀ ਹੇਮਕੁੰਡ ਸਾਹਿਬ। ਕਦ ਜਾਣਾ? ਅੱਜ। ਚਲੋ ਜੀ, ਆਹ ਫੱਟਾ ਲੱਗ ਗਿਆ ਵਧੀਆ ਕਰਕੇ। ਇਹ ਜਿਹੜਾ ਤੂੰ ਲਾਇਆ ਨਾ ਲਾਈਟ 'ਤੇ, ਮੈਂ ਤੁਹਾਨੂੰ ਦੱਸਦਾ ਵਾਂ, ਇਹ ਗੁਰਪਿਆਰ ਸਿੰਘ ਨੇ ਇੱਥੇ ਹੀ ਲਗਾਇਆ ਸੀਗਾ। ਇਹ ਲਾਈਟ ਟੁੱਟ ਜਾਂਦੀ ਹੈ ਅਤੇ ਇਹਦੀ, ਤਾਂ ਹੀ ਤਾਂ ਉਹ ਸਰੀਏ ਫਿਰ ਬਾਚੋ ਵੈਲਡਿੰਗ ਕਰਾਏ ਸੀ ਉਹਨਾਂ ਨੇ। ਮੰਜੀ, ਹੁਣ ਮੈਂ ਆ ਗਿਆ ਈ ਜੌਨ ਜਸ਼ਨ ਵਾਲੇ ਭਾਜੀ ਕੋਲ, ਅਤੇ ਇੱਥੇ ਆਪਾਂ ਲੈਣਾ ਹੈ ਕੁਛ ਸਮਾਨ, ਕੱਪੜੇ ਉੱਪੜੇ ਹੀ ਲੈਣੇ ਆਪਣੇ ਲਈ। ਕਮਲ ਭਾਈ ਸਾਡੇ ਨਾਲ ਆਏ ਆ। ਉਹ ਭਾਈ ਸ਼ਾਮ ਦੇ ਵੱਜ ਚੁੱਕੇ ਆ 7:30, ਅਤੇ ਸਾਡੀ ਦੁਕਾਨ ਹੋ ਗਈ ਹੈ ਬੰਦ ਕਿਉਂਕਿ ਅੱਜ ਕੰਮ ਨਹੀਂ ਹੈ, ਅਤੇ ਅਸੀਂ ਕਿਹਾ ਬੰਦ ਕਰੀਏ ਫਿਰ। ਅੱਜ ਸਾਡੀ ਸ਼ੋਪਿੰਗ ਵੀ ਹੋ ਗਈ ਹੈ, ਆਪਾਂ ਇੱਕ ਟੀ ਸ਼ਰਟ ਲੈ ਕੇ ਆਏ ਹਾਂ। ਹਾਂਜੀ ਆ ਜਾਓ, ਕੁਛ ਹੋਰ ਦਿਖਾਓ ਇਸਕੇ ਅੰਦਰ। ਇਹ ਡਬਲ ਸੋਲ ਮੈਂ ਜੋ ਕਹਿ ਰਹੇ ਹੋ, ਐਸੇ ਮੈਂ ਕੁਛ ਹੋਰ ਦਿਖਾਓ, ਹੈ ਦਿਖਾਓ ਕੈਸੇ ਕਲਰ ਆ ਜਾਏਗੇ। ਗੋਗੀ ਰੈਡ ਔਨ ਕੈਸਾ ਆਏਗਾ? ਨਹੀਂ ਯਾਰ, ਇਸ ਤੋਂ ਵਧੀਆ ਤਾਂ ਇਹ ਹੀ ਲੱਗ ਰਿਹਾ ਫਿਰ, ਹੈ ਨਾ। ਕੀ ਕਹਿੰਦੇ ਹੋ ਜੀ, ਦੱਸੋ। ਗੋਗੀ ਭਾਈ ਤੁਸੀਂ ਨੁਕਸਾਨ ਕਰਾ ਤਾ ਮੇਰਾ, ਅੱਜ ਤੁਸੀਂ ਲਿਆਇਓ, ਮੈਂ ਚੰਗਾ ਭਲਾ ਖਾੜੇ ਜਾ ਰਿਹਾ ਸੀਗਾ। ਹੋਰ ਕੀ, ਅੰਦਰ ਜਾਓਗੇ? ਕਿਆ ਬਾਤ ਹੈ, ਅਰਦਾਸ। ਮੇਰਾ ਮਾਤ ਪਿਤਾ ਹਰਿ ਰਾਇਆ, ਮੇਰਾ ਮਾਤ ਪਿਤਾ ਹਰਿ ਰਾਇਆ।
ਲੰਗਰ ਸ਼ੁਰੂ ਹੋ ਗਿਆ ਜੀ ਸੰਗਤਾਂ ਦਾ। ਸਤਿ ਸ਼੍ਰੀ ਅਕਾਲ। ਮਿੱਠਾ ਮਿੱਠਾ ਜਲ ਛਬੀਲਾਂ ਅਤੇ ਚੌਲ ਅਤੇ ਛੋਲੇ। ਜੱਸੂ ਫੇਰ ਪੈ ਗਿਆ ਨਾ ਤੂੰ ਅੱਜ? ਇੱਕ ਵਾਰੀ ਓਕੇ ਜੀ, ਚੱਲ ਫਟਾਫਟ ਘਰ ਨੂੰ ਚਲੋ ਜੀ। ਇੱਧਰ 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 ਚੱਲ, ਨਾਲ ਨਾਲ ਆਈ ਜਾ ਸਾਡੇ। ਹਾਂਜੀ, ਕੀ ਹਾਲ ਚਾਲ ਹੈ? ਠੀਕ ਹੋ ਫਿਰ? ਓਹੋ, ਢਿੱਡ ਫੁੱਲ ਜਿਹਾ ਹੋ ਗਿਆ, ਛੋਲੇ ਚੌਲ ਖਾ ਗਏ ਨਾ ਅਤੇ ਆ ਗਏ ਆਪਣੇ ਘਰ। ਅੱਜ ਮੈਂ ਕੀ ਕੀਤਾ ਤੁਹਾਨੂੰ ਸਾਰਾ ਕੁਝ ਮੈਂ ਦਿਖਾ ਦਿੱਤਾ ਹੈ ਨਾ। ਅੱਜ ਸ਼ੋਪਿੰਗ ਕਰਕੇ ਆਇਆ ਮੈਂ, ਕੁਝ ਕੱਪੜੇ ਲੈਣੇ ਸੀਗੇ ਮੈਨੂੰ, ਇੱਕ ਅੱਧੀ ਟੀ ਸ਼ਰਟ ਲੈਣੀ ਸੀਗੀ ਉਹ ਲਿੱਤੀ ਕਮਲ ਭਾਜੀ ਨਾਲ ਜਾ ਕੇ, ਅਤੇ ਗੋਗੀ ਭਾਜੀ ਨਾਲ ਜਾ ਕੇ ਬੂਟ ਲੈ ਕੇ ਆਇਆ, ਕਿਉਂਕਿ ਮੇਰੇ ਜਿਹੜੇ ਬੂਟ ਹੈ ਨਾ ਉਹ ਖਰਾਬ ਹੋ ਗਏ ਸੀਗੇ, ਜਿਹੜੇ ਮੈਂ ਰੈਗੂਲਰ ਪਾਉਣ ਵਾਲੇ ਬੂਟ ਹੈ, ਅਤੇ ਉਹ ਸਲਿੱਪ ਵਗੈਰਾ ਕਰਦੇ ਸੀਗੇ, ਪਾਣੀ ਉਹ ਹਲਕਾ ਜਿਹਾ ਵੀ ਪੈ ਜਾਏ ਨਾ ਦਿੱਕਤ ਕਰ ਰਹੇ ਸੀਗੇ। ਮੈਂ ਇੱਕ ਅੱਧੀ ਵਾਰ ਫਿਸਲ ਵੀ ਗਿਆ, ਮੈਂ ਸਹੀ ਗੱਲ ਦੱਸਾਂ, ਕਸਟਮਰ ਦੇ ਘਰ ਗਿਰਿਆ ਸੀਗਾ ਇੱਕ ਦੇ ਸੀੜੀਆਂ ਤੋਂ, ਅਤੇ ਫਿਰ ਮੈਂ ਕਿਹਾ ਯਾਰ ਅੱਜ ਮੈਂ ਬੂਟ ਵੀ ਲੈ ਲਵਾਂ, ਅਤੇ ਇੱਕ ਅੱਧੀ ਟੀ ਸ਼ਰਟ ਚਾਹੀਦੀ ਸੀ ਉਹ ਵੀ ਲੈ ਲਈ, ਸਾਰਾ ਕੁਝ ਲੈ ਆਇਆ। ਅਤੇ ਬਾਕੀ ਅੱਜ ਦਾ ਵਲੋਗ ਕਿੱਦਾਂ ਲੱਗਿਆ ਜ਼ਰੂਰ ਦੱਸਣਾ। ਬਾਕੀ ਅੱਜ ਬਰਸਾਤ ਨੇ ਤਾਂ ਵੱਡੇ ਜਾਗ ਹੀ ਦਿੱਤੇ, ਤੁਸੀਂ ਦੇਖ ਲਿਆ ਨਾ, ਸਵੇਰ ਤੋਂ ਲੱਗੇ ਹੋਏ ਹਾਂ, 6 ਵਜੇ ਤੋਂ ਉੱਠ ਗਿਆ ਸੀਗਾ, ਅਤੇ ਮੈਂ ਹੱਲੇ ਨਾਲ ਹੀ ਫਿਰ ਸਾਰਾ ਕੰਮ ਵੁੰਮ ਕੀਤਾ ਹੈ ਨਾ। ਅਤੇ ਬਾਕੀ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ, ਅੱਜ ਦੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਣਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਮਿਲਦੇ ਰਹਾਂਗੇ ਐਵੇਂ ਹੀ ਨਵੀਂ ਨਵੀਂ ਵੀਡੀਓ ਲੈ ਕੇ। ਓਕੇ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।